ਇਨਸਾਨ ਦੇਖੋ ਜੀ ਜਿੰਨਾ ਮਰਜ਼ੀ ਵੱਡਾ ਹੋ ਜਾਏ, ਪਰ ਇਹ ਤਾਂ ਗੁਰੂ ਦੀ ਮਿਹਰ ਤੇ ਸੰਗਤ ਦਾ ਪਿਆਰ। ਵਾਹਿਗੁਰੂ ਦੀ ਬਹੁਤ ਮਿਹਰ ਹੈ ਜੀ ਕਿ ਸਾਰੀਆਂ ਪ੍ਰਮੁੱਖ ਹਸਤੀਆਂ ਅਤੇ ਬਹੁਤ ਅੱਛੇ ਅੱਛੇ ਵਿਦਵਾਨ ਔਰ ਮਹਾਂਪੁਰਸ਼ ਸਾਡੀ ਦੁਕਾਨ 'ਤੇ ਚਰਨ ਪਾਉਂਦੇ ਆ। ਪ੍ਰਗਟ ਭਈ ਸਗਲੇ ਜੁਗ ਅੰਤਰ, ਨਾਲ ਨਾਲ ਬਹੁਤ ਸਮਾਜ ਦੇ ਬਹੁਤ ਮਹੱਤਵਪੂਰਨ ਹਸਤੀਆਂ ਵੀ ਸਾਡੇ ਕੋਲ ਦੁਕਾਨ 'ਤੇ ਆਉਂਦੇ ਨੇ ਜਾਂ ਆਰਡਰ ਦਿੰਦੇ ਨੇ। ਬਹੁਤ ਮਹਾਰਾਜ ਦੀ ਬਖਸ਼ਿਸ਼ ਹੈ। ਗੁਰੂ ਨਾਨਕ ਕੀ ਵਡਿਆਈ। ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਵੱਲੋਂ ਵੀ ਆਰਡਰ ਕੀਤਾ ਗਿਆ? ਹਾਂਜੀ, ਹੁਣੇ ਰੀਸੈਂਟ ਅਸੀਂ ਆਪਣਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਇੱਕ ਸੈੱਟ ਉਹਨਾਂ ਦਾ ਚੜ੍ਹਿਆ ਜੀ, ਸਾਡੇ ਵੱਲੋਂ ਬਣਿਆ ਹੋਇਆ, ਸਾਨੂੰ ਸੇਵਾ ਮਿਲੀ ਸੀ। ਉਹਨਾਂ ਦੇ ਸਿਸਟਰ ਤੇ ਸਾਡੇ ਪੁਰਾਣੇ ਕਸਟਮਰ ਨੇ, ਤੇ ਜਿਵੇਂ ਹੀ ਮਤਲਬ ਉਹਨਾਂ ਦੇ ਘਰ ਖੁਸ਼ੀ ਸੀ ਤਾਂ ਉਹਨਾਂ ਨੇ ਸਾਨੂੰ ਚੁਣਿਆ ਇਸ ਸੇਵਾ ਵਾਸਤੇ। ਬਾਦਲ ਸਾਹਿਬ ਦੇ ਘਰ ਤਾਂ ਪਿਛਲੇ ਬਹੁਤ ਸਾਲਾਂ ਤੋਂ ਲਗਾਤਾਰ ਉਹਨਾਂ ਦੇ ਘਰ ਬਹੁਤ ਸੰਗਤ ਨੇ ਹਮੇਸ਼ਾ ਸੁਣਿਆ ਹੋਣਾ ਕਿ ਉਹਨਾਂ ਦੇ ਘਰ ਹਮੇਸ਼ਾ ਪਾਠ ਚੱਲਦੇ ਰਹਿੰਦੇ ਆ ਹਰ ਸਾਲ, ਔਰ ਮੈਂ ਇਸ ਚੀਜ਼ ਦਾ ਗਵਾਹ ਕਿਉਂਕਿ ਸਾਡੇ ਕੋਲੋਂ ਹਰ ਮਹੀਨੇ ਉਹਨਾਂ ਦੇ ਘਰ ਮਤਲਬ ਮਾਲਾ ਸਾਹਿਬ ਜਾਣਾ ਹੀ ਹੈ। ਮਜੀਠੀਆ ਸਾਹਿਬ ਦੇ ਘਰ ਵੀ ਔਰ ਉਹਨਾਂ ਦੇ ਘਰ ਵੀ ਮੈਡਮ ਆਪ ਪਸੰਦ ਕਰਨੇ ਨੇ, ਹਰਸਿਮਰਤ ਜੀ ਆਪ ਪਸੰਦ ਕਰਦੇ ਆ, ਔਰ ਹਰ ਵਾਰ ਨਵੀਂ ਚੀਜ਼ ਕੋਸ਼ਿਸ਼ ਕਰਦੇ ਹਾਂ। ਜਿਵੇਂ ਭਗਵੰਤ ਮਾਨ ਸਰ ਦਾ ਅਸੀਂ ਗੱਲ ਕਰੀਏ ਤਾਂ ਉਹਨਾਂ ਦਾ ਚੰਦੋਆ ਸਾਹਿਬ ਮਾਲਾ ਸਾਹਿਬ ਸੀ, ਉਸ ਨੂੰ ਤਕਰੀਬਨ ਆਪਣਾ ਮੈਂ ਕਹਾਂ ਤਾਂ 40 ਬੰਦਿਆਂ ਨੇ ਅੱਛਾ ਮਿਲ ਕੇ ਆਲਮੋਸਟ ਮਤਲਬ 35-40 ਦਿਹਾੜੀਆਂ ਦੇ ਵਿੱਚ ਮਤਲਬ ਇੰਨੀਆਂ ਦਿਹਾੜੀਆਂ ਉਸ 'ਤੇ ਲੱਗ ਗਈਆਂ ਸਰ। ਹਾਂ, ਤਾਂ ਉਹ ਬਣਿਆ। ਕੀ ਖਾਸੀਅਤ ਕੀ ਸੀਗੀ? ਕੰਮ ਦੀ ਡੈਂਸਿਟੀ ਔਰ ਕੰਮ ਦੀ ਬਰੀਕੀ। ਜਿਵੇਂ ਸੰਗਤਾਂ ਪਾਕਿਸਤਾਨ ਜਾਂਦੀਆਂ ਨੇ, ਫਿਰ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਹੋਵੇ ਜਾਂ ਕਰਤਾਰਪੁਰ ਸਾਹਿਬ, ਫਿਰ ਉੱਧਰ ਵੀ ਲੈ ਕੇ ਜਾਂਦੀਆਂ ਸੰਗਤਾਂ ਇੱਥੋਂ? ਹਾਂਜੀ ਬਿਲਕੁਲ, ਕਰਤਾਰਪੁਰ ਸਾਹਿਬ ਦਾ ਜਾਂ ਬਾਕੀ ਨਨਕਾਣਾ ਸਾਹਿਬ ਦਾ ਵੀ ਸਾਡੇ ਕੋਲ ਨਾਪ ਹੈਗੇ ਹੈ। ਰਾਦਰ ਵਰਲਡ ਓਵਰ ਸਾਡੇ ਕੋਲ 8,000 ਤੋਂ ਵੱਧ ਗੁਰਦੁਆਰਾ ਸਾਹਿਬ ਦੇ ਨਾਪ ਨੇ ਜਿੱਥੇ ਸਾਡੇ ਕੋਲ ਕਦੀ ਬਣ ਕੇ ਗਿਆ ਜਾਂ ਬਣ ਕੇ ਜਾਂਦਾ। ਪ੍ਰਭ ਬਾਣੀ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ, ਉਹ ਕੈਪਟਨ ਸਾਹਿਬ ਤੁਹਾਨੂੰ ਯਾਦ ਹੋਣਾ ਪੂਰਾ ਕਾਫਲਾ ਲੈ ਕੇ ਉੱਥੇ ਪਾਕਿਸਤਾਨ ਗਏ ਸਨ, ਤਾਂ ਉੱਥੇ ਦਾ ਰੁਮਾਲਾ ਸਾਹਿਬ ਚੰਦੋਆ ਸਾਹਿਬ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਸੇਵਾ ਮਿਲੀ ਸੀ, ਸਾਡੇ ਕੋਲੋਂ ਪੜ੍ਹ ਕੇ ਗਿਆ ਸੀ। ਪ੍ਰਭ ਬਾਣੀ ਸ਼ਬਦ ਸੁਪਕਿਆ, ਗਾਵੋ ਸੁਣੋ ਪੜੋ ਨਿਤ ਪਾਈ, ਗਾਵੋ ਸੁਣੋ ਪੜੋ ਨਿਤ ਪਾਈ। ਦੇਖੋ ਜੀ, ਇਕੱਲੇ ਅਮਰੀਕਾ ਦੇ ਵਿੱਚ ਸਾਡੇ 200 ਤੋਂ ਵੱਧ ਗੁਰੂ ਘਰਾਂ 'ਚ ਮਾਲਾ ਸਾਹਿਬ ਜਾਂਦੇ ਹਾਂ। ਗੁਰਜੀਤ ਰਾਣਾ ਜੀ ਪਾਕਿਸਤਾਨ ਗਏ ਸੀ ਤਾਂ ਸਾਡੇ ਕੋਲੋਂ ਸੋਨੇ ਦੀਆਂ ਚੌਰ ਸਾਹਿਬ ਬਣਵਾ ਕੇ ਲੈ ਗਏ ਸੀ। ਨਾਨਕ ਕੀ ਵਡਿਆਈ।
ਗੁਰੂ ਘਰਾਂ ਲਈ ਰੁਮਾਲਾ ਸਾਹਿਬ ਔਰ ਚੰਦੋਆ ਸਾਹਿਬ ਤਿਆਰ ਕਰਨ ਦੇ ਲਈ ਪਟਿਆਲਾ ਦੇ ਸਦਾਣਾ ਬ੍ਰਦਰ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ। ਮੁੱਖ ਮੰਤਰੀ ਤੋਂ ਲੈ ਕੇ ਆਮ ਲੋਕ ਸੰਗਤ ਦੇ ਰੂਪ ਦੇ ਵਿੱਚ ਪਟਿਆਲਾ ਦੇ ਵਿੱਚ ਸਦਾਣਾ ਬ੍ਰਦਰ ਤੋਂ ਰੁਮਾਲਾ ਸਾਹਿਬ ਔਰ ਚੰਦੋਆ ਸਾਹਿਬ ਤਿਆਰ ਕਰਵਾਉਂਦੇ ਨੇ। ਆਖਿਰਕਾਰ ਕੀ ਖਾਸੀਅਤ ਹੈਗੀ ਹੈ, ਕਿਉਂਕਿ ਪੰਜਾਬ ਦੇ ਵਿੱਚ ਔਰ ਬਾਹਰ ਬਹੁਤ ਸਾਰੇ ਲੋਕ ਨੇ, ਬਹੁਤ ਸਾਰੇ ਸ਼ੋਅਰੂਮ ਨੇ, ਪਰ ਸਦਾਣਾ ਬ੍ਰਦਰ ਕਿਉਂ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਨੇ, ਸਾਰੀ ਗੱਲਬਾਤ ਕਰਦੇ ਹਾਂ। ਮੇਰੇ ਨਾਲ ਇਕਬਾਲ ਸਿੰਘ ਮੌਜੂਦ ਹੈਗੇ ਨੇ, ਤਾਂ ਇਕਬਾਲ ਜੀ ਸਭ ਤੋਂ ਪਹਿਲਾਂ ਸਵਾਗਤ ਜਗਬਾਣੀ ਟੀਵੀ ਦੇ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਮੈਂ ਜਿਵੇਂ ਜ਼ਿਕਰ ਕੀਤਾ ਕਿ ਦੁਨੀਆ ਭਰ ਦੇ ਵਿੱਚ ਸਦਾਣਾ ਬ੍ਰਦਰ ਦਾ ਇੱਕ ਨਾਮ ਹੈ ਕਿ ਜੇਕਰ ਰੁਮਾਲਾ ਸਾਹਿਬ ਔਰ ਚੰਦੋਆ ਸਾਹਿਬ ਲੈਣੇ ਨੇ ਤਾਂ ਲੋਕਾਂ ਦੇ ਇੱਕ ਵਾਰ ਜ਼ਹਿਨ ਦੇ ਵਿੱਚ ਜ਼ਰੂਰ ਆਉਂਦਾ ਹੈ। ਆਖਿਰਕਾਰ ਵਜ੍ਹਾ ਕੀ ਹੈ, ਕੀ ਕਾਰਨ ਹੈ ਕਿ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹੋ? ਇਨਸਾਨ ਦੇਖੋ ਜੀ, ਜਿੰਨਾ ਮਰਜ਼ੀ ਵੱਡਾ ਹੋ ਜਾਏ, ਪਰ ਇਹ ਤਾਂ ਗੁਰੂ ਦੀ ਮਿਹਰ ਅਤੇ ਸੰਗਤ ਦਾ ਪਿਆਰ। ਆਪਣੇ ਵੱਲੋਂ ਤਾਂ ਹਰੇਕ ਕੋਸ਼ਿਸ਼ ਕਰਦਾ ਕਿ ਬੈਸਟ ਚੀਜ਼ ਬਣਾ ਕੇ ਦੇਈਏ, ਬੈਸਟ ਤਰੀਕੇ ਨਾਲ ਬਣਾਈਏ, ਔਰ ਜ਼ਿਆਦਾ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਬਣਾ ਕੇ ਦੇ ਸਕੀਏ। ਹਾਂ, ਕਿੰਨਾ ਸਮਾਂ ਹੋ ਗਿਆ ਇਕਬਾਲ ਜੀ ਤੁਹਾਨੂੰ? ਸਾਨੂੰ ਜੀ 30 ਸਾਲ ਤਾਂ ਮੈਨੂੰ ਵੇਖਦਿਆਂ ਨੂੰ ਹੋ ਗਏ, ਅਤੇ 27 ਸਾਲਾਂ ਦਾ ਮੇਰਾ ਆਪਣਾ ਟੈਨਿਓਰ ਹੋ ਗਿਆ ਇਸੇ ਬਿਜ਼ਨਸ ਦੇ ਵਿੱਚ। ਹਾਂ, ਜਿਵੇਂ ਮੈਂ ਸਟਾਰਟਿੰਗ 'ਚ ਜ਼ਿਕਰ ਕੀਤਾ, ਤੁਸੀਂ ਦੱਸਿਆ ਕਿ ਮੁੱਖ ਮੰਤਰੀ ਤੋਂ ਲੈ ਕੇ ਆਮ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ, ਤੁਹਾਡੇ ਕਸਟਮਰ ਹੈਗੇ ਨੇ, ਸੰਗਤ ਦੇ ਰੂਪ ਦੇ ਵਿੱਚ ਆਉਂਦੇ ਨੇ, ਤਾਂ ਕੀ ਵਾਕਈ ਇਹ ਗੱਲ ਸੱਚ ਹੈ? ਜੀ, ਵਾਹਿਗੁਰੂ ਦੀ ਬਹੁਤ ਮਿਹਰ ਹੈ ਜੀ ਕਿ ਸਾਰੀਆਂ ਪ੍ਰਮੁੱਖ ਹਸਤੀਆਂ ਅਤੇ ਬਹੁਤ ਅੱਛੇ ਅੱਛੇ ਵਿਦਵਾਨ ਔਰ ਮਹਾਂਪੁਰਸ਼ ਸਾਡੀ ਦੁਕਾਨ 'ਤੇ ਚਰਨ ਪਾਉਂਦੇ ਆ। ਉਹਦੇ ਨਾਲ ਨਾਲ ਬਹੁਤ ਆਪਣਾ ਸਮਾਜ ਦੇ ਬਹੁਤ ਮਹੱਤਵਪੂਰਨ ਹਸਤੀਆਂ ਵੀ ਸਾਡੇ ਕੋਲ ਦੁਕਾਨ 'ਤੇ ਆਉਂਦੇ ਨੇ ਜਾਂ ਆਰਡਰ ਦਿੰਦੇ ਨੇ। ਬਹੁਤ ਮਹਾਰਾਜ ਦੀ ਬਖਸ਼ਿਸ਼ ਹੈ। ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਵੱਲੋਂ ਵੀ ਆਰਡਰ ਕੀਤਾ ਗਿਆ? ਹਾਂਜੀ, ਹੁਣੇ ਰੀਸੈਂਟ ਅਸੀਂ ਆਪਣਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਇੱਕ ਸੈੱਟ ਉਹਨਾਂ ਦਾ ਚੜ੍ਹਿਆ ਜੀ, ਸਾਡੇ ਵੱਲੋਂ ਬਣਿਆ ਹੋਇਆ, ਸਾਨੂੰ ਸੇਵਾ ਮਿਲੀ ਸੀ। ਅੱਛਾ, ਇਹ ਫਿਰ ਕਿਵੇਂ ਡਿਮਾਂਡ ਕੀਤੀ ਜਾਂਦੀ ਹੈ ਕਿ ਕਿਹੋ ਜਿਹਾ ਸਾਨੂੰ ਰੁਮਾਲਾ ਸਾਹਿਬ ਚਾਹੀਦਾ ਜਾਂ ਕਿਵੇਂ ਦਾ ਚੰਦੋਆ ਸਾਹਿਬ ਹੋਣਾ ਚਾਹੀਦਾ? ਬਸ ਇਸ ਤਰ੍ਹਾਂ ਹੀ ਹੈ ਜੀ, ਉਹਨਾਂ ਦੇ ਸਿਸਟਰ ਅਤੇ ਸਾਡੇ ਪੁਰਾਣੇ ਕਸਟਮਰ ਨੇ, ਅਤੇ ਜਿਵੇਂ ਹੀ ਮਤਲਬ ਉਹਨਾਂ ਦੇ ਘਰ ਖੁਸ਼ੀ ਸੀ ਤਾਂ ਉਹਨਾਂ ਨੇ ਸਾਨੂੰ ਚੁਣਿਆ ਇਸ ਸੇਵਾ ਵਾਸਤੇ। ਬਹੁਤ ਅੱਛਾ ਰੁਮਾਲਾ ਸਾਹਿਬ ਬਣ ਕੇ ਗਿਆ। ਆਪ ਜੀ ਵੀ ਜ਼ਰੂਰ ਦੇਖਣਾ, ਉਹਦੀ ਵੀਡੀਓ ਸੰਗਤ ਨੂੰ ਵੀ ਦਿਖਾਓ। ਹਾਂ, ਇਹ ਫਿਰ ਵੱਖਰੀ ਡਿਮਾਂਡ ਕੋਈ ਕੀਤੀ ਜਾਂਦੀ ਹੈ, ਕਿਉਂਕਿ ਹਰ ਕਿਸੇ ਦੀ ਇੱਕ ਸ਼ਰਧਾ ਹੁੰਦੀ ਹੈ ਕਿ ਗੁਰੂ ਘਰ ਦੇ ਵਿੱਚ ਇਸ ਤਰੀਕੇ ਦਾ ਅਸੀਂ ਚਾੜੀਏ, ਜਾਂ ਫਿਰ ਤੁਸੀਂ ਡਿਜ਼ਾਈਨ ਉਹਨਾਂ ਨੂੰ ਦੇ ਦਿੰਦੇ ਹੋ? ਕੋਸ਼ਿਸ਼ ਹੁੰਦੀ ਹੈ ਕਿ ਹਰ ਰੁਮਾਲਾ ਸਾਹਿਬ ਅੱਛੇ ਤੋਂ ਅੱਛਾ ਬਣ ਕੇ ਸੰਗਤ ਨੂੰ ਮਿਲੇ ਗੁਰਦੁਆਰਾ ਸਾਹਿਬ 'ਚ। ਹਰ ਸੈੱਟ ਡਿਫਰੈਂਟ ਜਾਵੇ, ਪਹਿਲੇ ਨਾਲੋਂ ਨਵਾਂ, ਪਹਿਲੇ ਨਾਲੋਂ ਨਿਵੇਕਲਾ। ਅਤੇ ਜੇਕਰ ਜੇਕਰ ਇੰਨੇ ਵੱਡੇ ਵੱਡੇ ਲੋਕ ਸਾਡੇ ਕੋਲ ਆਉਂਦੇ ਨੇ ਤਾਂ ਸਾਡੀ ਵੀ ਬੜੀ ਜ਼ਿੰਮੇਵਾਰੀ ਬਣਦੀ ਹੈ ਕਿ ਵੀ ਉਹਨਾਂ ਨੂੰ ਨਿਵੇਕਲੀ ਚੀਜ਼ ਅਸੀਂ ਦੇ ਸਕੀਏ। ਅੱਛਾ ਇਕਬਾਲ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਦੁਨੀਆ ਭਰ ਦੇ ਵਿੱਚ ਤਾਂ ਗੁਰੂ ਘਰਾਂ ਦੇ ਵਿੱਚ ਜਾਂਦੇ ਨੇ, ਜਿਵੇਂ ਚਾਹੇ CM ਭਗਵੰਤ ਮਾਨ ਨੇ, ਚਾਹੇ ਵੱਡੇ ਵੱਡੇ ਪੋਲੀਟੀਸ਼ੀਅਨ ਨੇ, ਆਪਾਂ ਅਕਸਰ ਹੀ ਦੇਖਦੇ ਹਾਂ ਕਿ ਉਹਨਾਂ ਨੇ ਘਰਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੈਗੇ ਨੇ, ਫਿਰ ਘਰਾਂ ਦੇ ਵਿੱਚ ਵੀ ਜਾਂਦੇ ਨੇ? ਹਾਂਜੀ, ਬਿਲਕੁਲ ਜਾਂਦੇ ਹਾਂ ਜੀ। ਵਾਹਿਗੁਰੂ ਦੀ ਬੜੀ ਬਖਸ਼ਿਸ਼ ਹੈ, ਪੰਜਾਬ ਤਾਂ ਮਤਲਬ ਸਾਡੇ 'ਤੇ ਬੜੀ ਕਿਰਪਾ ਹੈ ਪਰਮਾਤਮਾ ਦੀ। ਬਾਦਲ ਸਾਹਿਬ ਦੇ ਘਰ ਤਾਂ ਪਿਛਲੇ ਬਹੁਤ ਸਾਲਾਂ ਤੋਂ ਲਗਾਤਾਰ ਉਹਨਾਂ ਦੇ ਘਰ ਬਹੁਤ ਸੰਗਤ ਨੇ ਹਮੇਸ਼ਾ ਸੁਣਿਆ ਹੋਣਾ ਕਿ ਉਹਨਾਂ ਦੇ ਘਰ ਹਮੇਸ਼ਾ ਪਾਠ ਚੱਲਦੇ ਰਹਿੰਦੇ ਹੈ ਹਰ ਸਾਲ, ਔਰ ਮੈਂ ਇਸ ਚੀਜ਼ ਦਾ ਗਵਾਹ ਹਾਂ ਕਿਉਂਕਿ ਸਾਡੇ ਕੋਲੋਂ ਹਰ ਮਹੀਨੇ ਉਹਨਾਂ ਦੇ ਘਰ ਮਤਲਬ ਰੁਮਾਲਾ ਸਾਹਿਬ ਜਾਣਾ ਹੀ ਹੈ। ਮਜੀਠੀਆ ਸਾਹਿਬ ਦੇ ਘਰ ਵੀ ਔਰ ਉਹਨਾਂ ਦੇ ਘਰ ਵੀ ਮੈਡਮ ਆਪ ਪਸੰਦ ਕਰਨੇ ਨੇ, ਹਰਸਿਮਰਤ ਜੀ ਆਪ ਪਸੰਦ ਕਰਦੇ ਹੈ, ਔਰ ਹਰ ਵਾਰ ਨਵੀਂ ਚੀਜ਼ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਘਰ। ਇਹ ਫਿਰ ਪੱਕਾ ਉਹਨਾਂ ਨੇ ਆਰਡਰ ਕੀਤਾ ਹੋਇਆ ਕਿ ਮਹੀਨੇ ਬਾਅਦ ਜਾਣੇ ਜਾਣੇ ਨੇ? ਉਹ ਹਰ ਵਾਰੀ ਆਪ ਪਸੰਦ ਕਰਦੇ ਹੈ ਜੀ। ਅੱਛਾ, ਫਿਰ ਹਰਸਿਮਰਤ ਕੌਰ ਬਾਦਲ ਇੱਥੇ ਆਉਂਦੇ ਨੇ? ਨਹੀਂ, ਫੋਨ 'ਤੇ ਪਸੰਦ ਕਰਦੇ ਨੇ, ਇੱਥੇ ਆਏ ਵੀ ਹੈ। ਹਾਂ, ਇੱਥੇ ਆਉਂਦੇ ਵੀ ਰਹੇ ਹੈ, ਹੁਣ ਜਿਵੇਂ ਜਦੋਂ ਤੋਂ ਸੈਂਟਰ ਮਿਨਿਸਟਰੀ 'ਚ ਗਏ ਉਸ ਤੋਂ ਬਾਅਦ ਜ਼ਿਆਦਾ ਬਿਜ਼ੀ ਹੋ ਗਏ ਸਨ, ਲੇਕਿਨ ਉਸ ਤੋਂ ਪਹਿਲੇ ਤਾਂ ਸਾਡੇ ਕੋਲ ਆਉਂਦੇ ਰਹੇ ਹੈ। ਹਾਂ,
ਅੱਛਾ, ਫਿਰ ਜਦੋਂ ਗੁਰੂ ਘਰ ਦਾ ਸਮਾਨ ਕਿਸੇ ਨੇ ਵੀ ਲੈਣਾ ਹੋਵੇ ਤਾਂ ਬੜੀ ਜਿਹੜੀ ਇੱਕ ਸ਼ਰਧਾ ਭਾਵਨਾ ਹੁੰਦੀ ਹੈ, ਔਰ ਲੋਕਾਂ ਦੇ ਜਹਿਨ ਦੇ ਵਿੱਚ ਇਹ ਹੁੰਦਾ ਹੈ ਸੰਗਤ ਨੂੰ ਕਿ ਬੜੀ ਸਾਫ਼ ਸੁਥਰੀ ਔਰ ਸੋਚ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਇਹ ਫਿਰ ਤੁਸੀਂ ਜਦੋਂ ਇਹ ਸਾਰਾ ਸਮਾਨ ਤਿਆਰ ਕਰਦੇ ਹੋ ਇਹਨਾਂ ਚੀਜ਼ਾਂ ਦਾ ਬੜਾ ਖਿਆਲ ਰੱਖਣਾ ਪੈਂਦਾ, ਕਿਵੇਂ ਮੈਨੇਜ ਕਰਦੇ ਹੋ ਇਹ ਸਾਰਾ? ਉਹ ਤਾਂ ਤੁਸੀਂ ਦੇਖ ਰਹੇ ਹੋ, ਮੈਂ ਕੀ ਮੈਂ ਕੌਣ ਹੁੰਦਾ ਮੈਨੇਜ ਕਰਨ ਵਾਲਾ ਜੀ? ਦੇਖੋ ਸਾਡੀ ਟੀਮ ਹੈ, ਹਰੇਕ ਇਨਸਾਨ ਆਪਣੇ ਆਪ ਵਿੱਚ ਬਹੁਤ ਪਵਿੱਤਰ ਹੈ ਔਰ ਬੜੇ ਢੰਗ ਨਾਲ ਹਰੇਕ ਚੀਜ਼ ਨੂੰ ਬਣਾਉਂਦੇ ਨੇ, ਅਤੇ ਅਸੀਂ ਇਕੱਠੇ ਰਲ ਕੇ ਇਸ ਰਾਣਾ ਬ੍ਰਦਰਸ ਨਾਮ ਉੱਪਰ ਚੱਕ ਪਾਉਂਦੇ ਹਾਂ, ਮੈਂ ਇਕੱਲਾ ਤਾਂ ਕੁਛ ਨਹੀਂ। ਹਾਂ, ਇਹ ਤਿਆਰ ਫਿਰ ਕਿਵੇਂ ਹੁੰਦਾ, ਕਿੰਨਾ ਸਮਾਂ ਲੱਗਦਾ ਔਰ ਕਿੰਨੀ ਮਿਹਨਤ ਲੱਗਦੀ ਹੈ, ਕਿੰਨੇ ਜਣਿਆਂ ਦਾ ਜਿਹੜਾ ਉਹ ਯੋਗਦਾਨ ਰਹਿੰਦਾ ਇੱਕ ਚੰਦੋਆ ਸਾਹਿਬ ਤਿਆਰ ਕਰਨਾ ਹੁੰਦੇ? ਇੱਕ ਜਿਵੇਂ ਭਗਵੰਤ ਮਾਨ ਸਰ ਦਾ ਅਸੀਂ ਗੱਲ ਕਰੀਏ ਤਾਂ ਉਹਨਾਂ ਦਾ ਚੰਦੋਆ ਸਾਹਿਬ ਰੁਮਾਲਾ ਸਾਹਿਬ ਸੀ, ਉਸ ਨੂੰ ਤਕਰੀਬਨ ਆਪਣਾ ਮੈਂ ਕਹਾਂ ਤਾਂ 40 ਬੰਦਿਆਂ ਨੇ ਅੱਛਾ ਮਿਲ ਕੇ ਹਾਂ ਆਲਮੋਸਟ ਮਤਲਬ 35-40 ਦਿਹਾੜੀਆਂ ਦੇ ਵਿੱਚ, ਮਤਲਬ ਇੰਨੀਆਂ ਦਿਹਾੜੀਆਂ ਉਸ 'ਤੇ ਲੱਗ ਗਈਆਂ ਸਨ। ਅੱਛਾ, ਹਾਂ ਤਾਂ ਉਹ ਬਣਿਆ। ਕੀ ਖਾਸੀਅਤ ਕੀ ਸੀਗੀ? ਕੰਮ ਦੀ ਡੈਂਸਿਟੀ ਔਰ ਕੰਮ ਦੀ ਬਰੀਕੀ। ਅੱਛਾ, ਹਾਂਜੀ, ਕਢਾਈਆਂ ਵੱਖਰੀਆਂ। ਹਾਂ, ਵੈਸੇ ਤਾਂ ਮੈਨੂੰ ਲੱਗਦਾ ਕਿ ਤੁਸੀਂ ਇਹ ਬੜੀ ਚੰਗੀ ਗੱਲ ਦੱਸੀ ਹੈ ਕਿ ਬੜਾ ਸਮਾਂ ਲੱਗ ਗਿਆ, ਬੜੇ ਲੋਕਾਂ ਦਾ ਜਿਹੜਾ ਸੀਗਾ ਯੋਗਦਾਨ ਇਹਦੇ ਵਿੱਚ ਰਿਹਾ। ਆਮ ਤੌਰ 'ਤੇ ਅਸੀਂ ਗੁਰੂ ਘਰਾਂ ਦੇ ਵਿੱਚ ਦੇਖਦੇ ਹਾਂ ਕਿ ਚੰਦੋਆ ਸਾਹਿਬ ਲੱਗਾ ਹੁੰਦਾ ਤਾਂ ਸ਼ਾਇਦ ਲੋਕਾਂ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੋਊਗੀ, ਪਰ ਇਹ ਫਿਰ ਬਰੀਕੀ ਦਾ ਕੰਮ ਹੋਣ ਕਾਰਨ ਜ਼ਿਆਦਾ ਸਮਾਂ ਲੱਗਦਾ। ਹਾਂਜੀ, ਜਦੋਂ ਹੈਂਡਵਰਕ ਹੁੰਦਾ ਜੀ ਤਾਂ ਹੈਂਡਵਰਕ ਦੇ ਵਿੱਚ ਪੂਰੇ ਇੰਨੇ ਵੱਡੇ ਏਰੀਏ ਨੂੰ ਭਰਨਾ ਆਪਣੇ ਆਪ ਦੇ ਵਿੱਚ ਬਹੁਤ ਮਿਹਨਤ ਦਾ ਮੁੱਲ ਹੈ। ਆਪਾਂ ਦੇਖੀਏ ਕਿ ਵੀ ਲੇਡੀਜ਼ ਦਾ ਇੱਕ ਸੂਟ ਹੁੰਦਾ ਹੈ, ਕੇਵਲ ਮਤਲਬ ਅੱਧਾ ਮੀਟਰ ਪੌਣਾ ਮੀਟਰ ਉਸ ਦੇ ਵਿੱਚ ਕਢਾਈ ਹੁੰਦੀ ਹੈ ਤਾਂ ਉਹ ਦੁਕਾਨਦਾਰ ਕਾਰੀਗਰ ਇੰਨਾ ਇੰਨਾ ਪੈਸਾ ਮੰਗ ਲੈਂਦੇ ਹੈ। ਫਿਰ ਇਹਦੇ ਵਿੱਚ ਤਾਂ ਜੇਕਰ ਦੁਖਨਿਵਾਰਨ ਸਾਹਿਬ ਦਾ ਉਹਨਾਂ ਦਾ ਸੈੱਟ ਬਣਿਆ ਉਹਦੇ ਵਿੱਚ 40 ਮੀਟਰ ਕੰਮ ਹੈ। ਅੱਛਾ, ਤੋ 80 ਸੂਟਾਂ ਜਿੰਨਾ ਕੰਮ ਸਮਝ ਲਓ ਤੁਸੀਂ ਉਸ ਸੂਟ ਦਾ। ਠੀਕ ਹੈ। ਅੱਛਾ, ਫਿਰ ਇਹ ਕਿਵੇਂ ਤੁਸੀਂ ਕੱਪੜਾ ਕਿੱਥੋਂ ਲੈ ਕੇ ਆਉਂਦੇ ਹੋ, ਜਾਂ ਇਹ ਕੱਪੜਾ ਕੋਈ ਵੱਖਰਾ ਹੁੰਦਾ, ਉਸ ਤੋਂ ਬਾਅਦ ਫਿਰ ਕਢਾਈ ਹੁੰਦੀ ਹੈ ਜਾਂ ਉੱਪਰ ਬਰੀਕੀ ਦਾ ਬੜਾ ਕੰਮ ਹੁੰਦਾ, ਕਿਵੇਂ ਸਾਰਾ ਪ੍ਰੋਸੈਸ ਕਿਵੇਂ ਹੁੰਦਾ? ਕੱਪੜੇ ਤਾਂ ਦੇਖੋ ਜੀ, ਸਾਰੇ ਇੰਡੀਆ ਦੇ ਵਿੱਚ ਜਿਹੜਾ ਹੈ ਸੂਰਤ ਮੇਨ ਮੰਡੀ ਹੈ ਜੀ, ਤੇ ਸਾਡਾ ਸੂਰਤ, ਬਲੋਤਰਾ, ਬੰਬੇ ਇਹ ਸਾਰੀਆਂ ਜਗ੍ਹਾ ਤੋਂ ਮਾਲ ਆਉਂਦਾ ਹੈ। ਪਰ ਸਾਡਾ ਇਹ ਜ਼ਰੂਰ ਹੈ ਕਿ ਜਿਹੜਾ ਮਾਲ ਸਾਡਾ ਜੇਕਰ ਕਿਸੇ ਵੀ ਜਗ੍ਹਾ ਤੋਂ ਆਉਂਦਾ ਹੈ, ਪ੍ਰੋਕਿਓਰਮੈਂਟ ਸਾਡੀ ਆਪਣੀਆਂ ਸ਼ਰਤਾਂ 'ਤੇ ਹੁੰਦੀ ਹੈ, ਤਾਂ ਅਸੀਂ ਆਪਣੇ ਹਿਸਾਬ ਨਾਲ ਮਾਲ ਬਣਵਾਉਂਦੇ ਹਾਂ, ਕਿੰਨਾ ਕਿੰਨੀ ਉਹਦੀ ਥਿਕਨੈਸ ਹੋਏਗੀ, ਕਿੰਨੀ ਉਹਦੀ ਖਿੱਚ ਹੋਏਗੀ, ਕਿੰਨੀ ਪਕੜ ਹੋਏਗੀ, ਉਹ ਮਤਲਬ ਸਾਡਾ ਕਿਉਂਕਿ ਪਰਮਾਤਮਾ ਦੀ ਕਿਰਪਾ ਹੁਣ ਬਿਜ਼ਨਸ 'ਤੇ ਪਕੜ ਹੈ ਸਾਡੀ, ਬਲਕ ਪਰਚੇਜ਼ਿੰਗ ਦੀ ਪਾਵਰ ਹੈ, ਤਾਂ ਫਿਰ ਅਸੀਂ ਆਪਣੇ ਹਿਸਾਬ ਨਾਲ ਚੀਜ਼ ਨੂੰ ਪਰਚੇਜ਼ ਕਰ ਪਾਉਂਦੇ ਹਾਂ। ਇਹ ਫਿਰ ਜਦੋਂ ਉੱਪਰ ਕਢਾਈ ਹੁੰਦੀ ਹੈ ਜਾਂ ਮੈਨੂੰ ਲੱਗਦਾ ਕਿ ਕਈ ਵਾਰੀ ਚਾਂਦੀ ਦਾ ਵਰਕ ਜਾਂ ਸੋਨੇ ਦਾ ਵਰਕ ਹੁੰਦਾ ਹੈ, ਇਹ ਫਿਰ ਸਪੈਸ਼ਲ ਕਾਰੀਗਰ ਰੱਖੇ ਤੁਸੀਂ? ਹਾਂ ਬਿਲਕੁਲ ਜੀ, ਸਪੈਸ਼ਲ ਕਾਰੀਗਰ ਅਸੀਂ ਰੱਖੇ ਹਾਂ, ਮੈਂ ਤੁਹਾਨੂੰ ਕਾਰੀਗਰ ਦੀ ਵਿਜ਼ਿਟ ਕਰਾਵਾਂਗਾ, ਤੁਸੀਂ ਉਹਨਾਂ ਵੱਲ ਜਾ ਕੇ ਦੇਖਿਓ ਕਿ ਕਿਸ ਤਰ੍ਹਾਂ ਕਿੰਨੀ ਬਰੀਕੀ ਦਾ ਕੰਮ ਕਿਸ ਤਰ੍ਹਾਂ ਹੁੰਦਾ। ਇਹ ਫਿਰ ਕਾਰੀਗਰ ਸਪੈਸ਼ਲ ਚੰਦੋਆ ਸਾਹਿਬ ਦਾ ਹੀ ਕੰਮ ਕਰਦੇ ਨੇ? ਹਾਂਜੀ ਹਾਂ, ਜਿਹੜੇ ਸਾਡੇ ਵਰਕਸ਼ਾਪ ਹੈ ਉਹਨਾਂ ਨਾਲ ਸਾਡੇ ਉਹ ਸਾਡੇ ਨਾਲ ਬੰਦਿਸ਼ 'ਤੇ ਹੁੰਦੇ ਹੈ। ਠੀਕ ਹੈ। ਜੋ ਵਰਕਸ਼ਾਪ ਸਾਡੀ ਹੈ ਉਹਦੇ ਵਿੱਚ ਸਿਰਫ ਰੁਮਾਲਾ ਸਾਹਿਬ ਅਤੇ ਚੰਦੋਆ ਸਾਹਿਬ ਹੀ ਲੱਗਣਗੇ, ਹੋਰ ਕੋਈ ਕੰਮ ਨਹੀਂ ਹੋ ਸਕਦਾ। ਅੱਛਾ, ਇਹ ਬੜੀ ਫਿਰ ਸੋਚ ਵੀ ਰੱਖਣੀ ਪੈਂਦੀ ਹੋਊਗੀ, ਮੈਨੂੰ ਲੱਗਦਾ ਕਿ ਬੂਟ ਜੋੜੇ ਵੀ ਬਾਹਰ ਰੱਖਣੇ ਪੈਂਦੇ ਹੋਣਗੇ ਸਾਰਾ। ਤੁਸੀਂ ਸਾਡੀ ਦੁਕਾਨ 'ਤੇ ਆਏ ਹੋ, ਤੁਸੀਂ ਮਤਲਬ ਕਦੇ ਵੀ ਤੁਸੀਂ ਸਾਡੀ ਦੁਕਾਨ 'ਤੇ ਜੋੜੇ ਅੰਦਰ ਨਹੀਂ ਵੇਖੋਗੇ। ਬਿਲਕੁਲ। ਇਸ ਤਰ੍ਹਾਂ ਹੀ ਸਾਡੀ ਕਿਸੇ ਵਰਕਸ਼ਾਪ 'ਚ ਸਾਡੀਆਂ ਮਤਲਬ 6 ਵਰਕਸ਼ਾਪਸ ਨੇ, 8-8 ਜਗ੍ਹਾ 'ਤੇ ਹੈ, ਪਟਿਆਲੇ ਕਈ ਵਰਕਸ਼ਾਪਸ ਹੈ, ਇਸ ਤੋਂ ਬਾਅਦ ਇਲਾਵਾ ਸਾਡੀ ਅੰਮ੍ਰਿਤਸਰ, ਬਰੇਲੀ, ਫਰਕਾਬਾਦ, 8-8 ਜਗ੍ਹਾ 'ਤੇ ਸਾਡੀਆਂ ਖੁਦ ਦੀਆਂ ਵਰਕਸ਼ਾਪਸ ਨੇ, ਕਿਸੇ 'ਚ ਵੀ ਸ਼ੂਜ਼ ਅੰਦਰ ਅਲਾਊਡ ਨਹੀਂ। ਅੱਛਾ, ਜਦੋਂ ਮੈਂ ਸ਼ੋਰੂਮ 'ਤੇ ਆਉਂਦਾ ਮੈਂ ਦੇਖਦਾ ਕਿ ਜ਼ਿਆਦਾਤਰ ਲੇਡੀਜ਼ ਕੰਮ ਕਰਦੀਆਂ ਨੇ ਇੱਥੇ, ਇਹਦਾ ਕੀ ਕਾਰਨ ਹੈ, ਔਰ ਜਦੋਂ ਤੁਸੀਂ ਫਿਰ ਨਵਾਂ ਸਟਾਫ ਰੱਖਦੇ ਹੋ ਉਹਦੇ ਲਈ ਫਿਰ ਕੀ ਸ਼ਰਤਾਂ ਰੱਖਦੇ ਹੋ, ਕਿਉਂਕਿ ਰਹਿਤ ਮਰਿਆਦਾ ਬੜੀ ਜਹਿਨ ਦੇ ਵਿੱਚ ਰੱਖਣੀ ਪੈਂਦੀ ਹੈ? ਇਹ ਤਾਂ ਗੁਰੂ ਦੀ ਮਿਹਰ ਹੈ ਜੀ, ਅਤੇ ਲੇਡੀਜ਼ ਨੂੰ ਸੁਚਮਤਾ ਦੇ ਪੱਖ ਨਾਲ ਗੁਰੂ ਮਹਾਰਾਜ ਨੇ ਜ਼ਿਆਦਾ ਅੱਗੇ ਰੱਖਿਆ, ਤਾਂ ਲੇਡੀਜ਼ ਜ਼ਿਆਦਾ ਅੱਛੀਆਂ ਸੁਚਮ ਰੱਖ ਪਾਉਂਦੀਆਂ ਔਰ
ਇਹ ਬਣਦਾ ਹੀ ਗਿਆ, ਇਹ ਮਤਲਬ ਇੱਕ ਦਿਨ 'ਚ ਤਾਂ ਕਾਫਲਾ ਨਹੀਂ ਬਣਿਆ। ਅੱਜ ਦੀ ਡੇਟ 'ਚ ਅਸੀਂ 70% ਸਾਡੇ ਕੋਲ ਲੇਡੀਜ਼ ਸਟਾਫ ਹੈ ਔਰ ਬਹੁਤ ਸੁਚਮਤਾ ਨਾਲ ਕੰਮ ਕਰਦੇ ਹਾਂ, ਸ਼ਾਇਦ ਮੇਰੇ ਤੋਂ ਕਿਤੇ ਜ਼ਿਆਦਾ। ਹਾਂ, ਅੱਛਾ ਅੱਛਾ। ਵੈਸੇ ਤਾਂ ਦੁਨੀਆ ਭਰ ਦੇ ਵਿੱਚ ਹੀ ਹੈ ਨਾ, ਜਿੱਥੇ ਜਿੱਥੇ ਗੁਰੂ ਘਰ ਹੈਗੇ ਨੇ ਉੱਥੇ ਉੱਥੇ ਜਿਹੜੀ ਹੈ ਸ਼ਰਧਾ ਭਾਵਨਾ ਦੇਖੀ ਜਾਂਦੀ ਹੈ। ਜਿਵੇਂ ਸੰਗਤਾਂ ਪਾਕਿਸਤਾਨ ਜਾਂਦੀਆਂ ਨੇ, ਫਿਰ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਹੋਵੇ ਜਾਂ ਕਰਤਾਰਪੁਰ ਸਾਹਿਬ, ਫਿਰ ਉੱਧਰ ਵੀ ਲੈ ਕੇ ਜਾਂਦੀਆਂ ਸੰਗਤਾਂ ਇੱਥੋਂ? ਹਾਂਜੀ ਬਿਲਕੁਲ, ਕਰਤਾਰਪੁਰ ਸਾਹਿਬ ਦਾ ਜਾਂ ਬਾਕੀ ਨਨਕਾਣਾ ਸਾਹਿਬ ਦਾ ਵੀ ਸਾਡੇ ਕੋਲ ਨਾਪ ਹੈਗੇ ਹੈ। ਰਾਦਰ ਵਰਲਡ ਓਵਰ ਸਾਡੇ ਕੋਲ 8000 ਤੋਂ ਵੱਧ ਗੁਰਦੁਆਰਾ ਸਾਹਿਬ ਦੇ ਨਾਪ ਨੇ, ਜਿੱਥੇ ਸਾਡੇ ਕੋਲ ਕਦੀ ਬਣ ਕੇ ਗਿਆ ਜਾਂ ਬਣ ਕੇ ਜਾਂਦਾ। ਅੱਛਾ, ਉਹਦੇ ਵਿੱਚੋਂ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਵੀ ਇੱਕ ਹੈ। ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ ਉਦੋਂ ਕੈਪਟਨ ਸਾਹਿਬ ਤੁਹਾਨੂੰ ਯਾਦ ਹੋਣਾ ਪੂਰਾ ਕਾਫਲਾ ਲੈ ਕੇ ਉੱਥੇ ਪਾਕਿਸਤਾਨ ਗਏ ਸਨ, ਤਾਂ ਉੱਥੇ ਦਾ ਰੁਮਾਲਾ ਸਾਹਿਬ, ਚੰਦੋਆ ਸਾਹਿਬ, ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਸੇਵਾ ਮਿਲੀ ਸੀ, ਸਾਡੇ ਕੋਲੋਂ ਬਣ ਕੇ ਗਿਆ ਸੀ। ਅੱਛਾ ਅੱਛਾ। ਇਕਬਾਲ ਜੀ, ਜਦੋਂ ਫਿਰ ਕਈ ਵਾਰ ਸ਼ਰਧਾ ਹੁੰਦੀ ਹੈ ਕਿ ਲੋਕ ਕਹਿੰਦੇ ਨੇ ਕਿ ਅਸੀਂ ਆਪ ਬੜੇ ਮਹਿੰਗੇ ਮਹਿੰਗੇ ਕੱਪੜੇ ਪਾਉਂਦੇ ਹਾਂ ਜਾਂ ਜਦੋਂ ਅਸੀਂ ਆਪ ਸਮਾਨ ਲੈਣ ਜਾਂਦੇ ਹਾਂ ਤਾਂ ਬੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ, ਫਿਰ ਇਹ ਵੀ ਲੋਕਾਂ ਦੀ ਹੁੰਦਾ ਕਿ ਜਿੰਨੇ ਸਾਰਾ ਕੁਛ ਇਹ ਦਿੱਤਾ ਤਾਂ ਜਦੋਂ ਅਸੀਂ ਉਸ ਜਗ੍ਹਾ ਦੇ ਉੱਪਰ ਚੰਦੋਆ ਸਾਹਿਬ ਜਾਂ ਰੁਮਾਲਾ ਸਾਹਿਬ ਭੇਟ ਕਰਨਾ ਤਾਂ ਫਿਰ ਉਹ ਵੀ ਜਿਹੜੀ ਹੈ ਉਹਦੀ ਦੇਖ ਇੱਕ ਸੁੰਦਰ ਹੋਣੀ ਚਾਹੀਦੀ ਹੈ, ਫਿਰ ਉਹਨੂੰ ਲੈ ਕੇ ਲੋਕ ਤੁਹਾਡੇ ਅੱਗੇ ਡਿਮਾਂਡ ਰੱਖਦੇ ਨੇ ਕਿ ਜਾਂ ਇਹਦੇ 'ਤੇ ਸੋਨੇ ਦਾ ਵਰਕ ਹੋਣਾ ਚਾਹੀਦਾ ਹੈ ਜਾਂ ਚਾਂਦੀ ਦਾ ਵਰਕ ਅਸੀਂ ਕਰਵਾਉਣਾ ਚਾਹੁੰਦੇ ਹਾਂ? ਦੇਖੋ, ਸੰਗਤ ਨੂੰ ਬੜਾ ਬਲ ਦਿੱਤਾ ਹੈ, ਸਿੱਖ ਸੰਗਤ ਨੂੰ ਖਾਸ ਕਰਕੇ ਗੁਰੂ ਮਹਾਰਾਜ ਨੇ ਬੜਾ ਬਲ ਦਿੱਤਾ ਹੈ। ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਵੀ ਸੰਗਤ ਮਤਲਬ ਇੰਨਾ ਇੱਕ ਤੋਂ ਇੱਕ ਅੱਛੀ ਚੀਜ਼, ਅੱਛੀ ਵਧੀਆ ਤੋਂ ਵਧੀਆ ਚੀਜ਼ ਡਿਮਾਂਡ ਕਰਦੀ ਹੈ। ਜੇਕਰ ਮੈਂ ਅੱਜ ਇੱਕ ਲੈਵਲ 'ਤੇ ਪਹੁੰਚਦਾ, ਉਸ ਲੈਵਲ ਦਾ ਕੰਮ ਕਰਦਾ, ਉਹ ਉਸ ਤੋਂ ਅਗਲੇ ਲੈਵਲ ਦੀ ਚੀਜ਼ ਮੰਗਦੇ। ਅੱਛਾ, ਬਿਲਕੁਲ। ਹਾਂ, ਮਤਲਬ ਕਦੀ ਕਿਸੇ ਸੰਗਤ ਨੇ ਕਦੀ ਪੈਸੇ ਦਾ ਕੋਈ ਨਹੀਂ ਦਿਖਾਇਆ, ਮਤਲਬ ਅੱਛੀ ਚੀਜ਼ ਚਾਹੀਦੀ। ਇਕਬਾਲ ਜੀ, ਕਿੰਨੇ ਕੁ ਆਰਡਰ ਚਲੇ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਗੁਰੂ ਘਰਾਂ ਲਈ? ਦੇਖੋ ਜੀ, ਇਕੱਲੇ ਅਮੈਰੀਕਾ ਦੇ ਵਿੱਚ ਸਾਡੇ 200 ਤੋਂ ਵੱਧ ਗੁਰੂ ਘਰਾਂ 'ਚ ਰੁਮਾਲਾ ਸਾਹਿਬ ਜਾਂਦੇ। ਅੱਛਾ, ਮੇਰਾ ਖੁਦ ਦਾ ਐਕਸਪੀਰੀਅੰਸ ਹੈ, ਮੈਂ ਖੁਦ ਅਮੈਰੀਕਾ, ਕੈਨੇਡਾ ਜਾਂਦਾ ਰਹਿੰਦਾ। ਨੌਰਥ ਅਮੈਰੀਕਾ ਦੇ ਵਿੱਚ 160 ਤੋਂ ਵੱਧ ਗੁਰੂ ਘਰਾਂ 'ਚ ਮੈਂ ਖੁਦ ਦਰਸ਼ਨ ਕੀਤੇ ਨੇ। ਅੱਛਾ, ਇਹ ਫਿਰ ਤੁਸੀਂ ਔਨਲਾਈਨ ਆਰਡਰ ਭੇਜਦੇ ਨੇ ਉਹਨਾਂ ਨੂੰ? ਹਾਂਜੀ। ਅਮੈਰੀਕਾ ਦੇ ਵਿੱਚ ਜ਼ਿਆਦਾ ਨੇ ਕਿ ਜਾਂ ਜਿਵੇਂ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਪੰਜਾਬੀ ਨੇ? ਓਬਵੀਅਸਲੀ ਅਮੈਰੀਕਾ ਬਹੁਤ ਵੱਡਾ ਹੈ ਅਤੇ ਬਹੁਤ ਫੈਲਿਆ ਹੋਇਆ ਹੈ, ਉੱਥੇ ਹਰ ਸ਼ਹਿਰ ਦੇ ਵਿੱਚ ਸਾਨੂੰ 4-4 ਗੁਰਦੁਆਰਾ ਸਾਹਿਬ ਮਿਲਦੇ ਹੈ, ਤਾਂ ਇਸ ਕਰਕੇ ਗੁਰਦੁਆਰਾ ਸਾਹਿਬ ਦੀ ਟੋਟਲ ਗਿਣਤੀ ਜਿਹੜੀ ਹੈ ਅਮੈਰੀਕਾ 'ਚ ਬਹੁਤ ਜ਼ਿਆਦਾ ਹੈ। ਇਹ ਫਿਰ ਸਾਰਾ ਜਿਹੜਾ ਪ੍ਰੋਸੈਸ ਚੱਲਦਾ ਹੈ, ਇਹ ਇੱਕ ਹੀ ਛੱਤ ਦੇ ਥੱਲੇ ਸਾਰਾ ਕੁਛ ਹੁੰਦਾ ਕਿ ਜਾਂ ਵੱਖਰੀ ਵੱਖਰੀ ਜਗ੍ਹਾ 'ਤੇ ਪ੍ਰੋਸੈਸ ਹੁੰਦਾ ਰੁਮਾਲਾ ਸਾਹਿਬ, ਚੰਦੋਆ ਸਾਹਿਬ ਜਦੋਂ ਤਿਆਰ ਹੁੰਦੇ ਨੇ? ਦੇਖੋ, ਬਹੁਤ ਵੱਡੀ ਟੀਮ ਹੈ, ਪਰਮਾਤਮਾ ਦੀ ਬਖਸ਼ਿਸ਼ ਨਾਲ ਅਸੀਂ ਇਸੇ ਪ੍ਰੈਮਿਸਿਸ ਦੇ ਵਿੱਚ ਅਸੀਂ 70-80 ਬੰਦੇ ਬੈਠਦੇ ਹਾਂ। ਅੱਛਾ, ਅਤੇ ਇਸ ਤੋਂ ਇਲਾਵਾ ਹੈਂਡਵਰਕ ਵਾਲੇ ਇੱਥੇ ਨਹੀਂ ਬਿਠਾਏ ਜਾ ਸਕਦੇ ਕਿਉਂਕਿ ਉਹਨਾਂ ਨੂੰ ਬਹੁਤ ਸਪੇਸ ਚਾਹੀਦੀ ਹੈ, ਤਾਂ ਫਿਰ ਉਹ ਨਾਲੇ ਦੂਜੀ ਗੱਲ ਹੁੰਦੀ ਹੈ, ਜਿਹੜਾ ਹੈਂਡਵਰਕ ਜਿਸ ਏਰੀਏ ਦਾ ਸਪੈਸ਼ਲਾਈਜ਼ ਕਰਦਾ ਕਾਰੀਗਰ, ਉਸੇ ਏਰੀਏ 'ਚੋਂ ਐਥਨਿਕ ਵਰਕ ਨਿਕਲ ਕੇ ਆਉਂਦਾ, ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉੱਥੇ ਹੀ ਵਰਕਸ਼ਾਪ ਲਗਾ ਦਈਏ ਜਿਸ ਏਰੀਏ 'ਚ ਜੋ ਕੰਮ ਹੁੰਦਾ। ਇਸੇ ਕਰਕੇ ਮੈਂ ਤੁਹਾਨੂੰ ਦੱਸਿਆ ਨਾ ਵੀ ਸਾਡੀ ਅੰਮ੍ਰਿਤਸਰ ਵੀ ਵਰਕਸ਼ਾਪ ਹੈ, ਇਸੇ ਤਰ੍ਹਾਂ ਆਪਣਾ ਬਰੇਲੀ ਵੀ ਹੈ, ਫਰਖਾਬਾਦ ਵੀ ਹੈ, ਰਾਮਪੁਰ ਹੈ, ਪਟਿਆਲਾ 'ਚ ਤਾਂ ਹੈਗੀਆਂ ਹੀ। ਜਿਵੇਂ ਤੁਸੀਂ ਦੱਸਿਆ ਸੀਗਾ ਕਿ ਜਿਵੇਂ ਸੀਐਮ ਮਾਨ ਹੋਣਾ ਨੇ ਆਰਡਰ ਜਿਹੜਾ ਕੀਤਾ ਉਹਨੂੰ 40 ਦਿਨ ਦੇ ਕਰੀਬ ਜਿਹੜੇ ਨੇ ਉਹ ਸਮਾਂ ਵੀ ਲੱਗਾ, 35-40 ਦਿਨ ਲੱਗ ਗਏ, ਇਹ ਫਿਰ ਜਦੋਂ ਕੋਈ ਇੱਦਾਂ ਸਪੈਸ਼ਲ ਆਰਡਰ ਆਉਂਦਾ ਹੈ ਫਿਰ ਸਾਰੀ ਟੀਮ ਇੱਕ ਪਾਸੇ ਹੁੰਦੀ ਹੈ? ਪਰਮਾਤਮਾ ਦੀ ਬੜੀ ਬਖਸ਼ਿਸ਼ ਹੈ ਜੀ, ਇਸ ਤਰ੍ਹਾਂ ਦੇ ਆਰਡਰ ਸਾਡੇ ਕੋਲ ਰੋਜ਼ ਹੀ ਚੱਲ ਰਹੇ ਹੁੰਦੇ ਹੈ। ਹਾਂ, ਓਬਵੀਅਸਲੀ ਸਾਡੇ ਵਾਸਤੇ ਸੀਐਮ ਸਾਹਿਬ ਦਾ ਆਰਡਰ ਆਉਣਾ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਸੀ। ਅੱਛਾ, ਪਹਿਲਾਂ ਕਦੇ ਆਇਆ ਕਿ ਜਾਂ ਇਸ ਵਾਰੀ ਆਇਆ? ਸੀਐਮ ਸਾਹਿਬ ਦਾ ਮਾਨ ਸਾਹਿਬ ਦਾ ਹੋਣਾ ਹੈ, ਉਸ ਤੋਂ ਇਲਾਵਾ ਬਾਦਲ ਸਾਹਿਬ ਦੇ ਹਰ ਮਹੀਨੇ ਚੱਲਦੇ ਨੇ, ਮਜੀਠੀਆ ਸਾਹਿਬ ਦੇ ਹਰ ਮਹੀਨੇ ਚੱਲਦੇ ਨੇ। ਜਦੋਂ ਗੁਰਜੀਤ ਰਾਣਾ ਜੀ ਪਾਕਿਸਤਾਨ ਗਏ ਸੀ ਤਾਂ ਸਾਡੇ ਕੋਲ ਸੋਨੇ ਦੀਆਂ ਚੌਰ ਸਾਹਿਬ ਬਣਵਾ ਕੇ ਲੈ ਗਏ ਸੀ, ਅਤੇ ਇਸੇ ਤਰ੍ਹਾਂ ਆਪਣਾ ਕੈਪਟਨ ਸਾਹਿਬ ਦੇ ਘਰ ਜਦੋਂ ਵੀ ਜ਼ਰੂਰਤ ਹੁੰਦੀ ਹੈ
ਤਾਂ ਜਾਂ ਤਾਂ ਉੱਥੋਂ ਕੋਈ ਆ ਜਾਂਦਾ ਜਾਂ ਇੱਥੋਂ ਸੁਨੇਹਾ ਭੇਜ ਦਿੰਦੇ ਹਾਂ ਅਸੀਂ ਭੇਜ। ਅੱਛਾ ਫਿਰ ਇਹ ਸੀਐਮ ਸਾਹਿਬ ਵਾਲਾ ਜਿਵੇਂ ਚੰਦੂਆ ਸਾਹਿਬ ਉਹਨਾਂ ਸਿਲੈਕਟ ਕੀਤਾ, ਸਿਲੈਕਟ ਕਿਹਨਾਂ ਕੀਤਾ ਸੀਗਾ? ਉਹਨਾਂ ਦੇ ਸਿਸਟਰ ਸਾਡੇ ਪੁਰਾਣੇ ਕਸਟਮਰ ਨੇ, ਬਹੁਤ ਅੱਛੇ ਪਿਆਰ ਵਾਲੇ ਰੂਹ ਨੇ ਅਤੇ ਉਹ ਸਾਡੇ ਕੋਲ ਪਹਿਲੇ ਵੀ ਆਉਂਦੇ ਸਨ। ਇਹ ਫਿਰ ਜੇਕਰ ਇਕਬਾਲ ਜੀ ਕਿਸੇ ਨੇ ਆਰਡਰ ਕਰਨਾ ਹੋਵੇ ਤਾਂ ਕਿੰਨੇ ਦਿਨਾਂ ਦੇ ਵਿੱਚ ਬਣ ਕੇ ਤੁਸੀਂ ਤਿਆਰ ਕਰ ਦਿੰਦੇ ਹੋ? ਇਹ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਹੈ ਜੀ, ਬਹੁਤ ਸਾਰੇ ਚੀਜ਼ਾਂ ਹੁੰਦੀਆਂ ਹੈ ਕਿ ਕਸਟਮਰ ਨੂੰ ਹੈਂਡਵਰਕ ਪਸੰਦ ਹੈ ਜਾਂ ਕੁਛ, ਅੱਜ ਕੱਲ੍ਹ ਮਸ਼ੀਨ ਵਰਕ ਦੇ ਵਿੱਚ ਵੀ ਇੱਕ ਤੋਂ ਇੱਕ ਚੀਜ਼ਾਂ ਬਣਦੀਆਂ, ਉਸ 'ਚ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਇਨੋਵੇਸ਼ਨ ਦੀ, ਤਾਂ ਕਈ ਵਾਰ ਤਾਂ ਜ਼ਰੂਰਤ ਪੈਣ 'ਤੇ ਅਸੀਂ 2 ਘੰਟੇ 'ਚ ਵੀ ਦੇ ਸਕਦੇ ਹਾਂ ਅਤੇ ਬਹੁਤ ਮਹੀਨ ਵਰਕ ਹੁੰਦਾ, ਲੰਬਾ ਸਮਾਂ ਵੀ ਲੱਗਦਾ ਹੈ ਤਾਂ 2-2 ਮਹੀਨੇ ਵੀ ਲੱਗ ਜਾਂਦੇ ਹਨ। ਠੀਕ ਹੈ ਇਕਬਾਲ ਜੀ, ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ। ਸੋ ਇਹ ਇਕਬਾਲ ਸਿੰਘ ਨੇ ਸਡਾਣਾ ਬ੍ਰਦਰ ਤੋਂ, ਤਾਂ ਪਟਿਆਲੇ ਦੇ ਵਿੱਚ ਇਹਨਾਂ ਦਾ ਸ਼ੋਅਰੂਮ ਹੈ, ਬੜੇ ਮਸ਼ਹੂਰ ਨੇ ਦੁਨੀਆ ਭਰ ਦੇ ਵਿੱਚ, ਇਸ ਜਗ੍ਹਾ ਤੋਂ ਰੁਮਾਲਾ ਸਾਹਿਬ ਔਰ ਚੰਦੋਆ ਸਾਹਿਬ ਤਿਆਰ ਕਰਕੇ ਦੁਨੀਆ ਭਰ ਦੇ ਗੁਰੂ ਘਰਾਂ ਦੇ ਵਿੱਚ ਭੇਜੇ ਜਾਂਦੇ ਨੇ। ਜੇਕਰ ਤੁਸੀਂ ਵੀ ਸ਼ਰਧਾ ਦੇ ਨਾਲ ਗੁਰੂ ਘਰਾਂ ਦੇ ਵਿੱਚ ਰੁਮਾਲਾ ਸਾਹਿਬ ਔਰ ਚੰਦੋਆ ਸਾਹਿਬ ਭੇਟ ਕਰਨਾ ਚਾਹੁੰਦੇ ਹੋ ਤਾਂ ਸਡਾਣਾ ਬ੍ਰਦਰ ਦੇ ਨਾਲ ਥੱਲੇ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰਕੇ ਔਡਰ ਕਰ ਸਕਦੇ ਹੋ।